ਨਾ ਮੁਕਾਬਲਾ ਟਰੈਕਟਰ ਦਾ ਕਰਨਾ ਚਾਹੁੰਦਾ ਹੋਵੇ ਆ ਜਾਵੇ ਭਾਈ ਰੀ ਫਿਆਦਨ ਵੇਖੋ ਇਦੋ ਜੇ ਸਾਡੇ ਨਸੀਬਾਂ ਚ ਛਿੱਕ ਲੈਣੀ ਗੱਲ ਉਹ ਕਰਨੀ ਜਿਹੜੀ ਨਹੀਂ ਹੋਣੀ ਨੰਬਰ ਤੁਹਾਡਾ ਵੇਚ ਦੇ ਵੀ ਇੱਕ ਨਾਂ ਦੇਵੀਏ ਬੇਸ਼ੱਕ ਦਿਓ ਨਾ ਇਹਦੇ ਕਰਨੀ ਤੇ ਗੱਲ ਕੋਈ ਬੇਸ਼ੱਕ ਬੋਲੋ ਨੰਬਰ ਜੀ ਅਸਲਾਮ ਅਲੈਕਮ ਜੀ ਦੋਸਤੋ ਗੋਂਦਲ ਟਰੈਕਟਰ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਮੁਨਫਰਦ ਬੜੀ ਅੱਛੀ ਵੀਡੀਓ ਲੈ ਕੇ ਆਇਆ ਵੀਡੀਓ ਮੁਕੰਮਲ ਵੇਖ ਲਿਆ ਇਹ ਬਿਲਾਰਸ ਟਰੈਕਟਰ ਮੈਂ ਇੱਥੇ ਗੁਜ਼ਰ ਰਿਹਾ ਸੀ ਮੇਰੇ ਸਾਹਮਣੇ ਆਇਆ ਪੁਰਾਣਾ ਮਾਡਲ 195 ਨਾ ਸਕੀਮ ਵਾਲੇ ਉਹ ਨਹੀਂ ਹੈ ਬਿਲਾਰਸ MTZ50 ਆ ਚੜਿਆ ਟਰਾਂ ਅੱਜ ਸੁਨਵਾ ਦਿਨ ਅਤੇ ਬਾਈ ਰਹੀ ਆ ਸਾਫ ਕਰ ਰਹੇ ਹਨ ਅਤੇ ਮੈਂ ਇੱਥੋਂ ਗੱਡੀ ਤੋਂ ਗੁਜ਼ਰਨ ਲੱਗਾ ਕੋਲ ਮੈਂ ਆਖਿਆ ਇਤਨਾ ਪੁਰਾਣਾ ਟਰੈਕਟਰ ਇਤਨੀ ਬਿਹਤਰੀਨ ਕੰਡੀਸ਼ਨ ਵਿੱਚ ਅਤੇ ਬਾਈ ਰਹੀ ਸੜਕ 'ਤੇ ਜਿਹੜਾ ਨਾ ਖੜਾ ਕਰਕੇ ਤੂੰ ਆਪਣਾ ਸਫਾਈ ਕਰ ਰਿਹਾ ਟਰੈਕਟਰ ਦੀ ਅਤੇ ਮੈਂ ਆਖਿਆ ਥੋੜ੍ਹਾ ਜਿਹਾ ਨੂੰ ਗੱਲਬਾਤ ਪੁੱਛੀਏ ਕਦੋਂ ਦਾ ਰੱਖਿਆ ਨਾ ਕਿੰਨਾ ਕਰਸਾ ਮਤਲਬ ਇਹਨਾਂ ਨੂੰ ਹੋ ਗਿਆ ਲਿਆ ਟਰੈਕਟਰ ਇਹ ਇਹਦੇ ਨਾਲ ਕੰਮ ਕਰ ਰਹੇ ਨੇ ਕੋਈ ਕੋਈ ਟਰਾਲੀ ਵਾਲਾ ਕਿ ਕੋਈ ਹੋਰ ਵੀ ਕੰਮ ਕੀਤਾ ਨਾ ਜਾਂ ਕੈਸਾ ਮਜ਼ਾ ਕਰ ਰਿਹਾ ਹੁਣ ਤਾਂ ਨਵੇਂ ਵੀ ਆਏ ਨੇ ਉਹ 510 520 4x4 4x4 ਵੀ ਆਏ ਨੇ 95 ਮਾਡਲ ਸਕੀਮ ਵਾਲਾ ਬੜਾ ਬੰਦੇ ਪਸੰਦ ਕਰਦੇ ਹਨ ਲੇਕਿਨ ਇਹ ਬੜੇ ਘੱਟ ਬੰਦਿਆਂ ਕੋਲ ਨਾ ਚਾਬੀ ਨਾਲ ਚਾਬੀ ਦਿੰਦੇ ਹੋ ਅੱਛਾ ਜਿਹਨਾਂ ਕੋਲ ਹੈ ਨਾ ਉਹ ਬੜੇ ਬਿਹਤਰੀਨ ਕੰਡੀਸ਼ਨ ਵਿੱਚ ਜਿਹਨਾਂ ਰੱਖੇ ਨੇ ਸਾਂਭ ਕੇ ਅਤੇ ਉਹ ਜਿਹੜਾ ਨਾ ਇਹ ਵੇਚਦੇ ਹੀ ਨਹੀਂ ਨਾ ਵੇਚਣੇ ਦਾ ਨਾਂ ਲੈਂਦੇ ਨੇ ਅਤੇ ਬੜੀ ਇਸ ਦੀ ਤਾਰੀਫ ਵੀ ਕਰਦੇ ਨੇ ਅਤੇ ਬਾਈ ਰਿਓ ਪੁੱਛਦੇ ਹਾਂ ਕਿ ਕੀ ਇਹਦੀ ਕੋਈ ਗੱਲਬਾਤ ਹੈ ਅਸਲਾਮ ਅਲੈਕਮ ਬਾਈ ਸੁਣਾਓ ਕੀ ਹਾਲ ਹੈ ਠੀਕ ਹੋ ਕੀ ਨਾਮ ਆਪਣਾ ਫੈਸਲ ਮੈਂ ਕਿਹੜਾ ਇਲਾਕਾ ਬਸਾਲ ਸੁੱਖਾ ਬਸਾਲ ਸੁੱਖਾ ਠੀਕ ਹੈ ਅਤੇ ਅੱਛਾ ਇਹ ਟਰੈਕਟਰ ਕਿਹੜਾ ਮਾਡਲ ਹੈ ਕਦੋਂ ਦਾ ਲਿਆ ਇਹ ਜੀ ਨਵੇਂ ਮਾਡਲ ਹੈ 5 ਸਾਲ ਹੋ ਗਏ ਸਾਡੇ ਕੋਲ ਓਏ ਹੋਏ 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 ਬਾਈ ਵੀ ਲਟਰਾਲਾ ਆਪਣਾ ਖੁਦ ਦਾ ਚਲਾਇੰਦਾ ਅੱਛਾ ਨਵੇਂ ਮਾਡਲ ਹੈ ਅੱਛਾ ਅੱਛਾ ਬਾਈ ਜੀ ਦੱਸ ਰਹੇ ਨੇ ਕਿ ਨਵੇਂ ਮਾਡਲ ਟਰੈਕਟਰ ਤੇ 5 ਸਾਲ ਹੋ ਗਏ ਸਾਡੇ ਕੋਲ ਤੇ ਮੁਣ ਸਾਹਿਬ ਲਾ ਲਓ 22 ਸਾਲ ਹੈ ਤੇ 3 ਕੁਝ 96 97 ਹੀ ਤੁਸੀਂ ਲਿਆ ਜੀ ਹਾਂ ਉਸ ਟਾਈਮ ਕੋ 5-6 ਸਾਲ ਹੀ ਚੱਲੇ ਆਈ ਕੋ 5-6 ਸਾਲ ਉਸ ਟਾਈਮ ਕਿੰਨੇ ਦਾ ਲਿਆ ਹੈ ਉਸ ਤੇ ਸਰ 3.5 ਲੱਖ ਦਾ 3.5 ਲੱਖ ਦਾ ਨਮਾ ਤੇ ਹੁਣ 3.5 ਦੰਦੇ ਅੱਗੇ ਹੁਣ 10 ਲੱਖ ਦਿੰਦਾ ਹੈ ਅੱਛਾ ਇਹ 10 ਲੱਖ ਦਾ ਗੇਣ ਕੇ ਟਰਾਲੀ ਤੋਂ ਬਗੈਰ ਦਿੰਦਾ ਹੈ ਅੱਛਾ ਅੱਛਾ ਟਰਾਲੀ ਤੋਂ ਬਗੈਰ 10 ਲੱਖ ਜੀ ਖਾਲੀ ਟੈਕ ਉਸ ਟਾਈਮ ਤੁਹਾਡੀ ਕਿੰਨੀ ਕੋ ਚਲਾਉਂਦੇ ਆ ਉਸ ਟਾਈਮ ਵੀ ਨਹੀਂ ਨਹੀਂ ਪਿੱਛੇ ਜਾਈ ਸੀ ਅਬੂਰੀ ਚਲਾਉਂਦੇ ਆ ਅਬੂਰੀ ਚਲਾਉਂਦੇ ਠੀਕ ਹੈ ਜੀ ਅੱਛਾ ਨੰਬਰ ਸ਼ੰਬਰ ਇਹਦਾ ਕੀ ਕੋ ਕੰਮ ਕਰਾਇਆ ਤੁਸੀਂ 5 ਸਾਲਾਂ ਚ ਇਹਦੇ ਟਾਇਰ ਆ ਉਹ ਕਾਬਲੇ ਆਣੇ ਪਹਿਲੇ ਚੜੇ ਆਣ ਉਹਨਾਂ ਸਾ ਫਿਰ ਚਾੜੇ ਫਿਰ ਗੱਸ ਗਏ अच्छा कितने टायर घसाए बैठे हो दे खत्म हो गया एक ही घसाया है मतलब के तुसा नवे चढ़ाया कितने चेर कट गए टायर 7 साल कट गए उस तो पहला भी होर पाए होने ठीक है ते वो दूजी गल दसो 95 मॉडल जेड़ा इत्थे आ जाओ ना जी जी 95 स्कीम वाला बड़ा चंगा गिण दिन ਨਹੀਂ 95 97 ਦਾ ਸਾਨੂੰ ਨਹੀਂ ਪਤਾ ਅਸੀਂ ਆਪਣੇ ਟਰੈਕਟਰ ਦਾ ਆਪਣੇ ਦੀ ਤਰੀਫ ਚੰਗੀ ਨਹੀਂ ਹੁੰਦੀ ਜੀ ਜੀ ਮਾਰਾ ਲਈ ਦੇ ਚ ਆਇਆ ਖੂਬੀ ਤਾਂ ਦੱਸ ਰਿਹਾ ਅੱਛਾ ਅੱਛਾ ਜੀ ਹਾਂ ਇਹਦੇ ਕੀ ਉਹਦੇ ਜਨਾਬ ਜ਼ਿਆਦਾ ਖੂਬੀ 95 ਨਾਲ ਇਹ ਬਜਿੱਤ ਕਰ ਟੇਲ ਮਰਾਇਆ ਆਪਣਾ ਆਪ ਦੱਸ ਛੜ ਜਿੰਨੇ ਜੋ ਗਾਇਆ ਉਤਨਾ ਕਰ ਲੈ ਸੀ ਠੀਕ ਹੈ ਆਪਣਾ ਟਰਾਲਾ ਮਤਲਬ ਕਿ 95 ਨਾਲ ਵੀ ਜ਼ਿਆਦਾ ਪਾਵਰਫੁਲ ਹੈ ਪਾਵਰਫੁਲ ਤੇ 510 ਨਾਲ ਵੀ 520 ਨਾਲ ਵੀ 4x4 ਦਾ ਮੁਕਾਬਲਾ ਹੈ ਓਏ ਸਾਹਮਣੇ ਵਾਹ ਜੀ ਵਾਹ ਭਾਈ ਰੰਦਾ ਜੀ ਖੁੱਲਾ ਚੈਲੰਜ ਹੈ ਇਹਨਾਂ ਦਾ ਨੰਬਰ ਵੀ ਦੇ ਦਿੰਨੇ ਆ ਕੋਈ ਬੰਦਾ ਮਤਲਬ ਆਪਣੇ ਹਮੇਸ਼ਾ ਰੱਖਦਾ ਹੋਵੇ ਸਾਡਾ ਟਰੈਕਟਰ ਬੜਾ ਚੰਗਾ ਇਹਨਾਂ ਨਾਲ ਰਾਬਤਾ ਕਰਕੇ ਪ੍ਰੋਗਰਾਮ ਬਣਾ ਸਕਦੇ ਹੋ ਸ਼ਰਤ ਲਾ ਸਕਦੇ ਹੋ ਬਾਈ ਰੀ ਕਹਿ ਰਨ ਕੇ ਸਾਡੇ ਨਾਲ ਮਤਲਬ ਕਿ ਬੜਾ ਖੂਬਸੂਰਤ ਸਜਾਇਆ ਟਰੈਕਟਰ ਵੇਖੋ ਛੱਤ ਵੇਖੋ ਇਸ ਦੀ ਬੈਕ ਟਾਇਰ ਵੇਖ ਸਕਦੇ ਹੋ ਅਤੇ ਮੈਂ ਤਾਂ ਮੁਤਾਸਰ ਹਾਂ ਜਿਹੜਾ ਸੜਕ 'ਤੇ ਖੜਾ ਕਰਕੇ ਅਤੇ ਸਫਾਈ ਕਰਨ ਲੱਗੇ ਇਹਨਾਂ ਵੇਖ ਦੋਨੋਂ ਵੇਚ ਅਤੇ ਬੜਾ ਹਾਂਜੀ ਅੱਛਾ ਕੋਈ ਆਹ ਟੋਟਲ ਜੈਨੂਇਨ ਚੀਜ਼ਾਂ ਨੇ ਜਾਂ ਕੋਈ ਵੇਚ ਦੁਬਾਰਾ ਵੀ ਪਵਾਈਆਂ ਹੈ ਪਾਕਿਸਤਾਨ ਚੋ ਬਣਦੇ ਕੋਈ ਨਾ ਕਦੋਂ ਦਾ ਇਹਦੇ ਨਾਲ ਕੰਮ ਹੈ ਜਾਕਾ ਟਰਾਲਿਆ 3 ਸਾਲ ਠੀਕ ਹੈ ਤੇ ਵੱਡਾ ਟਰਾਲਾ ਕਮਾਦ ਵਾਲੇ ਬੰਦੇ ਹੋ ਭਾਈ ਦੱਸ ਰਹੇ ਕਿ 32 ਫੁੱਟ ਟਰਾਲਾ ਬੰਨ੍ਹਿਆ ਇਹਦੇ ਨਾਲ ਵਾਹ ਇਹ ਸਾਲ ਨਹੀਂ ਪਾਇਆ 32 ਫੁੱਟ ਠੀਕ ਹੈ ਤੇ ਬੰਦੇ ਜ਼ਿਆਦਾ ਆ ਜਾਣ 85-75 ਤੇ ਜਿਹੜੇ ਉਹ ਜੈਕ ਵਾਲੀ ਟਰਾਲੀ ਵਾਸਤੇ ਠੀਕ ਨੇ ਇਹ ਵੀ ਠੀਕ ਪਰਫਾਰਮੈਂਸ ਦਿੰਦਾ ਜੈਕ ਵਾਲੀ ਟਰਾਲੀ ਇੰਜ ਹੀ ਸਮਝਦਾ ਬਸ ਸੰਜੇ ਨਾ ਦੇਈ ਤੈਨੂੰ ਫੜ ਕੇ ਲੈ ਜਾਂਦਾ ਆਹ ਕਲਰ ਸਾਰਾ ਜਾਨਵਰ ਇੱਥੇ ਥੋੜਾ ਮਹਿਸੂਸ ਹੁੰਦਾ ਦੁਬਾਰਾ ਆਇਆ ਮਾਰ ਮਾਰੀ ਤੇ ਕੰਡੀ ਤੇ ਕੰਡੀ ਤੁਹਾਰੀ ਸਾਡਾ ਜਾਨਵਰ ਨੂੰ ਠੀਕ ਮਾਰ ਮਾਰੀ ਥੋੜਾ ਸਟਾਰਟ ਕਰ ਚੈੱਕ ਕਰਾ ਦਿਓ ਜੀ ਸਟਾਰਟ ਵੀ ਕਰ ਹਾਂ ਥੋੜਾ ਕੋਈ ਰੇਸ ਦੇਖ ਸੰ ਚੈੱਕ ਕਰਾ ਪਰਫਾਰਮੈਂਸ ਇੰਜਨ ਪਹਿਲਾਂ ਇੱਕ ਦੁਬਾਰਾ ਕਰਵਾਇਆ ਹੈ ਜੀ ਇੰਜਨ ਇਹਦਾ 2 ਵਾਰੀ ਹੋਇਆ 2 ਵਾਰੀ ਇੰਜਨ ਹੋ ਚੁੱਕਾ ਠੀਕ ਹੈ ਲੇਕਿਨ ਕੁਝ ਚੀਜ਼ਾਂ ਤਬਦੀਲ ਹੋਈਆਂ ਜ਼ਿਆਦਾ ਜਨਮ
ਠੀਕ ਹੈ ਇਹ ਜ਼ਮੀਨ ਵਾਣਾ ਕੀ ਕੋਈ ਆਦਨ ਬਵਾ ਪੁਰਾਣੇ ਟਰੈਕਟਰ ਬੜਾ ਤੇਲ ਪੀਂਦੇ ਹਨ ਜ਼ਮੀਨ ਵੀ ਬੜੀ ਸੋਹਣੀ ਬਹੁੰਦਾ ਨਹੀਂ ਕਿੰਨਾ ਜ਼ਮੀਨ ਬਾ ਵੀ ਕਿੰਨਾ ਜ਼ਮੀਨ ਬਾ ਵੀ ਕਿੰਨਾ ਤੇਲ ਪੀ ਜਾਂਦਾ ਇਹ ਜੀ ਸਿਵੇਂ ਵਿੱਚ 2 ਲੀਟਰ ਪੀਂਦਾ ਇੱਕ ਕਿਲਨ ਸੀਨ ਲਾ ਵੀ 2 ਲੀਟਰ ਚੰਗੀ ਹੱਲ ਲਾ ਕੇ ਜਿੱਥੇ ਨਿੱਕੇ ਫੀਟ 3 ਵਾਰੀ ਪਾਉਣਾ ਐਸੇ 1 ਵਾਰੀ ਪਾਉਣਾ ਆ ਕੇ ਬਿਸ਼ਾ ਕਰਮਾਲ ਹੈ ਜਿਹੜਾ ਕੰਮ ਕੀਤਾ ਉਹ ਦੱਸ ਠੀਕ ਹੈ अगर कोई बंदा ਤੁਹਾਡੇ ਨਾਲ ਮੁਕਾਬਲਾ ਟਰੈਕਟਰ ਦਾ ਕਰਨਾ ਚਾਹੁੰਦਾ ਹੋਵੇ ਆ ਜਾਵੇ ਭਾਈ ਰੀ ਫਿਆਦਨ ਵੇਖੋ ਇਦੋ ਜੇ ਸਾਡੇ ਨਸੀਬਾਂ ਚ ਛਿੱਕ ਲੈ ਜੇ ਸਨੀ ਪਿਛੋਂ ਤੋਂ ਬੰਦੇ ਕੋ ਬੰਦਾ ਮੁਕਾਬਲਾ ਕਰਨਾ ਚਾਹੁੰਦਾ ਹੋਵੇ ਤੇ ਆ ਜਾਵੇ ਉਰਾ ਨਹੀਂ ਨਹੀਂ ਗੱਲ ਤੇ ਜਉਣਾ ਦੀ ਹੈ ਜਿਹੜੀ ਗੱਲ ਉਹ ਕਰਨੀ ਜਿਹੜੀ ਨਹੀਂ ਉਹ ਨੰਬਰ ਤੁਹਾਡਾ ਵੇਚ ਦੇਵੀਏ ਕਿ ਨਾ ਦੇਵੀਏ ਬੇਸ਼ੱਕ ਦਿਓ ਨਾ ਇਹਦੇ ਡਰਨੀ ਆਈ ਤੇ ਗੱਲ ਕੋ ਬੇਸ਼ੱਕ ਬੋਲੋ ਨੰਬਰ ਜੀ 45 ਜੀ 082733 ਫੈਸਲ ਨਾ ਮੇਰਾ ਮੰਡੀ ਭਵਲਦੀਨ ਦਾ ਬੁਸਾਲ ਸੁਖੇ ਬੁਸਾਲ ਸੁਖਾ ਜੀ ਠੀਕ ਹੈ ਭਾਈ ਰੰਦਾਜ ਜੀ ਚੈਲੰਜ ਕੋਈ ਬੰਦਾ ਸਾਡੇ ਨਾਲ ਕਿੱਲੀ ਪਾਉਣਾ ਕੋਈ ਜ਼ਮੀਨ ਵੇਚ ਕੋ ਤਵੇ ਸਿੱਖਣਾ ਚ ਕੋਈ ਕਿਸੇ ਕਿਸਮ ਦਾ ਟੈਸਟ ਚੁਣੋ ਕੋ ਨਹੀਂ ਇਸ ਟਾਈਮ ਵਕਤੀ ਤੌਰ ਠੀਕ ਜੀ ਆ ਵੇਖੋ ਜੀ ਨਵੇਂ ਮਾਡਲ ਹੈ ਤਕਰੀਬਨ 32-34 ਸਾਲ ਪੁਰਾਣਾ ਟਰੈਕਟਰ ਕਿਸ ਤਰ੍ਹਾਂ ਸਜਾਇਆ ਕਿਸ ਤਰ੍ਹਾਂ ਬਣਾਇਆ ਬਾਕੀ ਵੀਡੀਓ ਸਾਡੀ ਅੱਜ ਦੀ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਮਤਲਬ ਗੱਲਾਂ ਬਾਤਾਂ ਠੀਕ ਪੁੱਛੀਆਂ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਚੈਨਲ ਨੇ ਕੀਤਾ ਸਬਸਕ੍ਰਾਈਬ ਕਰ ਲਓ ਅੱਲਾ ਹਾਫਿਜ਼ ਥੈਂਕ ਯੂ